मेरे नाल सिंह साहब मौजूद ने आर्मी तो खास तौर के उत्ते सिंह साहब की ना ता ते केड़े केड़े डिपार्टमेंट सी मेरा नाम लखमिंदर सिंह जाखड़ साबका डीआईजी हां जी हां जी डीआईजी से ਤੁਸੀਂ ਦੱਸਦੇ ਸੀਗੇ ਕਿ ਜੌਬ ਵੀ ਤੁਸੀਂ ਇਦਾਂ ਮੈਂ ਸੁਣਿਆ ਹੈਗਾ ਵੀ ਤੁਸੀਂ ਜੌਬ ਵੀ ਛੱਡ ਕੇ ਆ ਗਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ 12 ਦਸੰਬਰ ਨੂੰ ਮੈਂ ਜੌਬ ਛੱਡਤੀ ਸੀ ਉਸ ਤੋਂ ਲੈ ਕੇ ਹੁਣ ਤੱਕ ਅੱਜ ਮੌਜੂਦਾ ਮੈਂ ਕਿਸਾਨੀ ਸੰਘਰਸ਼ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਆਪਣੀ ਜਦੋਜਹਿਦ ਕਰ ਰਹੇ ਹਾਂ ਅਸੀਂ ਕਿਸਾਨ ਹਾਂ ਕਿਸਾਨਾਂ ਦੇ ਲਈ ਕਿਸਾਨਾਂ ਦੇ ਬੱਚਿਆਂ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਕਾਲੇ ਕਾਨੂੰਨ ਮਰਨ ਜਿਉਣ ਦਾ ਸਵਾਲ ਹੈ ਇਹ ਕਾਲੇ ਕਾਨੂੰਨ ਰੱਦ ਹੋਣਗੇ ਅੱਜ ਜਿਵੇਂ ਆਪਾਂ ਲੈ ਇੱਥੇ ਲੋਹੜੀ ਮਨਾਈ ਹੈ ਕਾਲੇ ਕਾਨੂੰਨ ਵਾਲੇ ਹਨ ਈਸਰ ਆ ਦਲਿੱਦਰ ਜਾ ਦਲਿੱਦਰ ਦੀ ਜਲ ਚੁੱਲ੍ਹੇ ਪਾ ਕਰਕੇ ਅਸੀਂ ਇਹ ਕਾਲੇ ਕਾਨੂੰਨਾਂ ਦੀ ਜੜ ਚੁੱਲ੍ਹੇ ਪਾਈਏ ਅਸੀਂ ਮੋਦੀ ਸਰਕਾਰ ਨੂੰ ਗੋਡਿਆਂ ਪਰਨੇ ਲਿਆ ਦੇਵਾਂਗੇ ਸਾਨੂੰ ਇਹ ਕਾਨੂੰਨ ਵਾਪਸ ਹਰ ਹਾਲਤ ਕਰਾਉਣੇ ਹੈ ਡਟ ਕੇ ਅਸੀਂ ਕਰਾਂਗੇ ਇਹਦਾ ਵਿਰੋਧ ਭਾਈ ਜੀ ਇੱਕ ਮੈਂ ਗੱਲ ਕਰਨੀ ਹਲੇ ਤੁਹਾਡੇ ਨਾਲ ਤੁਸੀਂ ਜਾਓ ਨਾ ਹਲੇ ਇਦਾਂ ਨਹੀਂ ਤੁਹਾਨੂੰ ਛੱਡਣਾ ਹੈਗਾ ਮੈਨੂੰ ਇਹ ਦੱਸੋ ਜੌਬ ਬੜੀ ਮੁਸ਼ਕਲ ਨਾਲ ਮਿਲਦੀ ਹੈ ਖਾਸ ਤੌਰ ਦੇ ਉੱਤੇ ਭਾਰਤ ਵਰਗੇ ਕੰਟਰੀ ਦੇ ਵਿੱਚ ਜਿਹੜਾ ਜੌਬ ਹੈ ਮੈਨੂੰ ਮਿਲੀ ਸੀ ਮੇਰੀ ਮਿਹਨਤ ਮੇਰੇ ਬਾਪ ਦੀ ਮਿਹਨਤ ਉਹਨਾਂ ਨੇ ਖੇਤਾਂ 'ਚ ਕੀਤੀ ਔਰ ਮੈਂ ਪੜ੍ਹਾਈ ਦੇ ਖੇਤਰ ਵਿੱਚ ਮਿਹਨਤ ਕੀਤੀ ਪਰੰਤੂ ਮੈਨੂੰ ਕਿਸਾਨੀ ਨਾਲੋਂ ਮੇਰੇ ਪਿਤਾ ਦੀ ਯਾਦ ਵਿੱਚ ਜੋ ਹੁਣ ਦੁਨੀਆ ਵਿੱਚ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਭਾਈਚਾਰਾ ਸਾਰਾ ਅੱਜ ਜਦੋਜਹਿਦ ਕਰ ਰਿਹਾ ਤੇ ਮੈਂ ਇਹਨਾਂ ਦੇ ਨਾਲ ਇਹਨਾਂ ਦੀ ਜਦੋਜਹਿਦ ਵਿੱਚ ਸ਼ਾਮਲ ਹਾਂ ਜੇ ਕਾਨੂੰਨ ਰਹਿੰਦੇ ਹੈ ਤਾਂ ਸਾਡੀ ਪੂਰੀਆਂ ਨਸਲਾਂ ਖਤਮ ਹੋ ਜਾਣਗੀਆਂ ਗਾਂ ਨੂੰ ਬੱਚਿਆਂ ਨੂੰ ਨੌਕਰੀਆਂ ਛੱਡੋ ਰੋਜ਼ੀ ਰੋਟੀ ਦਾ ਸਮੱਸਿਆ ਖੜੀ ਹੋ ਜੂਗੀ ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਹਨਾਂ ਕਾਨੂੰਨਾਂ ਦਾ ਡਟ ਕੇ ਇਹਨਾਂ ਕਾਨੂੰਨਾਂ ਦਾ ਡਟ ਕੇ ਵਿਰੋਧ ਕਰੀਏ ਭਾਈ ਜੀ ਤੁਸੀਂ ਆਪਣੀ ਜੌਬ ਛੱਡ ਕੇ ਆਏ ਹੋ ਮੇਰੇ ਨਾਲ ਡਾਕਟਰ ਸਾਹਿਬ ਵੀ ਮੌਜੂਦ ਸੀਗੇ ਉਹ ਰਾਜਸਥਾਨ ਤੋਂ ਆਏ ਆ ਉਹ ਜੌਬ ਛੱਡ ਕੇ ਆ ਗਏ ਆ ਕਿੰਨੀ ਸ਼ਖਸੀਅਤਾਂ ਨੇ ਤੁਹਾਡੇ ਵਰਗੀਆਂ ਸਟੈਂਡ ਲੈ ਰਹੀਆਂ ਨੇ ਪਰ ਕੀ ਲੱਗਦਾ ਤੁਸੀਂ ਸਿਸਟਮ ਦੇ ਵਿੱਚ ਵੀ ਰਹੇ ਹੋ ਕਿਉਂ ਜਿਹੜੇ ਸੀਟਾਂ ਦੇ ਉੱਤੇ ਬੈਠੇ ਹੁੰਦੇ ਨੇ ਕੁਰਸੀਆਂ ਦੇ ਉੱਤੇ ਬੈਠੇ ਹੁੰਦੇ ਨੇ ਉਹ ਆਪਣਾ ਫਰਜ਼ ਨਿਭਾਉਣਾ ਭੁੱਲ ਜਾਂਦੇ ਨੇ ਜੇ ਜਿਹੜੇ ਲੋਕ ਆਪਦੀਆਂ ਜੜਾਂ ਨੂੰ ਭੁੱਲ ਜਾਂਦੇ ਆ ਆਪਦੇ ਵਿਰਸੇ ਨੂੰ ਭੁੱਲ ਜਾਂਦੇ ਆ ਆਪਦੇ ਮਾਂ ਪਿਓ ਨੂੰ ਭੁੱਲ ਜਾਂਦੇ ਉਹ ਲੋਕ ਅਜਿਹੇ ਕੰਮ ਕਰਦੇ ਆ ਸਾਡੇ ਲੋਕ ਜੋ ਜੜਾਂ ਨਾਲ ਜੁੜੇ ਹੋਏ ਹਨ ਉਹਨਾਂ ਆਪਦੇ ਜ਼ਮੀਰ ਦੀ ਆਵਾਜ਼ ਸੁਣਦੇ ਹਨ ਉਸ ਮੇਰੇ ਵਾਂਗੂ ਔਰ ਮੇਰੇ ਹੋਰ ਭਰਾਵਾਂ ਵਾਂਗੂ ਕਿਸਾਨਾਂ ਦੇ ਨਾਲ ਖੜੇ ਹਨ ਭਾਈ ਜੀ ਕੀ ਲੱਗਦਾ ਫਿਰ ਮਸਲੇ ਦਾ ਹੱਲ ਕੋਈ ਪਿਕਚਰ ਬਣ ਰਹੀ ਹੈ ਵੀ ਕਦੋਂ ਤੱਕ ਹੋ ਸਕਦਾ ਜੇ ਤੁਸੀਂ ਸੋਚਦੇ ਹੋ ਪ੍ਰਮਾਤਮਾ ਅਰਦਾਸ ਕਰਦੇ ਆ ਵੀ ਜਲਦੀ ਤੋਂ ਜਲਦੀ ਇਸ ਦਾ ਹੱਲ ਹੋਵੇ ਮੋਦੀ ਸਰਕਾਰ ਨੂੰ ਗੋਡਿਆਂ ਤੇ ਝੁਕਣਾ ਹੀ ਪੈਣਾ ਹੈ ਇਹ ਕਾਨੂੰਨ ਵਾਪਸ ਲੈਣੇ ਹੀ ਪੈਣੇ ਹੈ